ਟਰੱਕ ਤੇ ਕਾਰ ਦੀ ਜ਼ਬਰਦਸਤ ਟੱਕਰ ਹੋਈ ਹੈ, ਜਿਸ ਦੇ ਕਾਰਨ ਕਿਹਾ ਜਾ ਰਿਹਾ ਹੈ ਕਿ 2 ਬੱਚਿਆਂ ਸਮੇਤ 5 ਦੇ ਕਰੀਬ ਲੋਕ ਇਸ ਹਾਦਸੇ 'ਚ ਜ਼ਖਮੀ ਹੋਏ ਦੱਸੇ ਜਾ ਰਹੇ ਨੇ। ਹਾਲਾਂਕਿ ਹਾਦਸੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ, ਜਿਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਾਰ ਦਾ ਅਗਲਾ ਹਿੱਸਾ ਬੁਰੇ ਤਰੀਕੇ ਨਾਲ ਨੁਕਸਾਨਿਆ ਗਿਆ। ਸੰਘਣੀ ਧੁੰਦ ਦੇ ਕਾਰਨ ਇਹ ਹਾਦਸਾ ਵਾਪਰਿਆ ਦੱਸਿਆ ਜਾ ਰਿਹਾ। ਤਾਂ ਦੱਸ ਦਈਏ ਕਿ ਮੋਰਿੰਡਾ ਦੇ ਵਿੱਚ ਇੱਕ ਨਿਰਮਾਣ ਅਧੀਨ ਪੁਲ ਦੇ ਉੱਪਰ ਕਾਰ ਅਤੇ ਟਰੱਕ ਦੇ ਦਰਮਿਆਨ ਇਹ ਹਾਦਸਾ ਹੋਇਆ, ਜਿਸ ਦੇ ਵਿੱਚ ਹਿਮਾਚਲ ਦੇ ਰਹਿਣ ਵਾਲੇ 2 ਬੱਚਿਆਂ ਸਮੇਤ 5 ਵਿਅਕਤੀ ਜ਼ਖਮੀ ਹੋਏ ਨੇ। ਧੁੰਦ ਦੇ ਕਾਰਨ ਇਹ ਹਾਦਸਾ ਵਾਪਰਿਆ ਦੱਸਿਆ ਜਾ ਰਿਹਾ। ਤਾਂ ਦੱਸ ਦਈਏ ਕਿ ਅੱਜ ਸਵੇਰੇ ਮੋਰਿੰਡਾ ਵਿਖੇ ਟੰਗਰਾਲੀ ਦੇ ਵਿਚਕਾਰ ਬਣ ਰਹੇ ਪੁਲ ਦੇ ਉੱਪਰ ਧੁੰਦ ਦੇ ਕਾਰਨ ਇੱਕ ਕਾਰ ਅਤੇ ਟਰੱਕ ਦੇ ਦਰਮਿਆਨ ਹਾਦਸਾ ਹੋਇਆ। ਇਸ ਹਾਦਸੇ ਦੇ ਵਿੱਚ ਕਾਰ ਸਵਾਰ ਹਿਮਾਚਲ ਪ੍ਰਦੇਸ਼ ਦੇ ਨਿਵਾਸੀ 2 ਬੱਚਿਆਂ ਸਮੇਤ 5 ਵਿਅਕਤੀ ਜ਼ਖਮੀ ਹੋਏ ਨੇ। ਜ਼ਖਮੀਆਂ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਜਾਣਕਾਰੀ ਮੁਤਾਬਿਕ ਮੋਰਿੰਡਾ ਤੇ ਟੰਗਰਾਲੀ ਦੇ ਵਿਚਕਾਰ ਇੱਕ ਨਿਰਮਾਣ ਅਧੀਨ ਪੁਲ ਹੈ ਅਤੇ ਧੁੰਦ ਦੇ ਕਾਰਨ ਹਿਮਾਚਲ ਪ੍ਰਦੇਸ਼ ਦੇ ਇਹ ਕਾਰ ਚਾਲਕ ਆਪਣੀ ਕਾਰ ਨੂੰ ਰੋਂਗ ਸਾਈਡ ਲੈ ਗਿਆ ਅਤੇ ਮੰਡੀ ਗੋਬਿੰਦਗੜ੍ਹ ਵੱਲੋਂ ਆਉਂਦੇ ਹੋਏ ਟਰੱਕ ਦੇ ਵਿਚਕਾਰ ਜਾ ਕੇ ਇਹ ਕਾਰ ਵੱਜੀ। ਇਸ ਹਾਦਸੇ ਦੇ ਵਿੱਚ ਕਾਰ ਸਵਾਰ ਕਰੀਬ 5 ਲੋਕ ਜ਼ਖਮੀ ਹੋਏ ਨੇ। ਤਾਂ ਦੱਸ ਦਈਏ ਕਿ ਫਿਲਹਾਲ ਮੌਕੇ ਦੇ ਉੱਤੇ ਪੁਲਿਸ ਪ੍ਰਸ਼ਾਸਨ ਵੀ ਪਹੁੰਚਿਆ ਤੇ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ। ਡਰਾਈਵਰ ਸਾਈਡ ਆ ਰਹੀ ਸੀ ਅਤੇ ਉੱਧਰ ਜਿਹੜਾ ਪੁਲ ਆਪਣਾ ਬਣ ਰਿਹਾ ਕਾਲੀ ਰੋਡ 'ਤੇ, ਉੱਧਰੋਂ ਟਰੱਕ ਆ ਰਿਹਾ ਸੀ ਅਤੇ ਧੁੰਦ ਦੇ ਕਾਰਨ ਡਰਾਈਵਰਾਂ ਨੂੰ ਪਤਾ ਨਹੀਂ ਚੱਲਿਆ ਵੀ ਰਸਤਾ ਕਿ ਕਲੀਅਰ ਆ। ਉਹ ਰਸਤਾ ਕਲੀਅਰ ਹੋਣ ਦੇ ਨਾ ਬਾਵਜੂਦ ਅਤੇ ਟਰੱਕ ਉੱਪਰ ਹੀ ਆ ਗਿਆ, ਜਿਹਦੇ ਕਰਕੇ ਮੇਜਰ ਐਕਸੀਡੈਂਟ ਹੋਇਆ। ਇਹ ਮੋੜ 'ਤੇ ਸੀ ਟਰੱਕ ਦਾ, ਮੋੜ 'ਤੇ ਆਪਣੀ ਟਰੱਕ ਤਾਂ ਰੈਡ ਸਾਈਡ ਸੀ। ਹਾਂ, ਟਰੱਕ ਰੈਡ ਸਾਈਡ ਸੀ ਅਤੇ ਡਰਾਈਵਰ ਲੈਫਟ ਸਾਈਡ ਸੀ। ਕੱਲ੍ਹ ਮੇਜਰ ਐਕਸੀਡੈਂਟ ਹੋਇਆ ਜਿਹਦੇ ਵਿੱਚ ਇੱਕ ਬੱਚਾ ਸੀ 5 ਸਾਲ ਦਾ ਅਤੇ ਇੱਕ ਲੜਕੀ ਦੀ 6 ਸਾਲ ਦੀ ਔਰ 2 ਲੇਡੀਜ਼ ਦੀ ਔਰ ਇੱਕ ਉਹਨਾਂ ਦਾ ਲੜਕਾ ਸੀ। ਅਤੇ ਹੁਣ ਕਿੱਥੇ ਇਸ ਟਾਈਮ ਜਿਹੜੇ? ਇਸ ਟਾਈਮ ਉਹ ਕਰਾੜੀ ਹੋਸਪਿਟਲ ਸਰਕਾਰੀ ਚਲੇ ਗਏ ਆ। ਕੌਣ ਲੈ ਕੇ ਗਿਆ ਉਹਨਾਂ ਨੂੰ? ਉਹਨਾਂ ਨੂੰ ਰਾਹਗੀਰ ਲੈ ਕੇ ਗਿਆ। ਰਾਹਗੀਰ ਲੈ ਕੇ ਗਿਆ ਮਤਲਬ ਕੋਈ ਐਂਬੂਲੈਂਸ ਵਗੈਰਾ ਕੋਈ ਨਹੀਂ? ਐਂਬੂਲੈਂਸ ਕੋਈ ਨਹੀਂ ਆਈ, ਐਂਬੂਲੈਂਸ ਨੂੰ ਕਾਲ ਕੀਤੀ ਸੀ ਅਤੇ ਐਂਬੂਲੈਂਸ ਕੋਈ ਨਹੀਂ ਇੱਥੇ ਆਈ ਹੈਗੀ। ਕਿੱਥੋਂ ਆਏ ਸੀ ਤੁਸੀਂ? ਮੈਂ ਮੰਡੀ ਗੋਬਿੰਦਗੜ੍ਹ ਤੋਂ ਆਇਆ। ਅੱਛਾ ਜੀ, ਕਿੱਧਰੋਂ? ਮਰਿੰਡੇ ਵੱਲੋਂ ਆਏ ਸੀ। ਅੱਛਾ, ਮੈਂ ਆਪਣੀ ਸਾਈਡ ਆ ਰਿਹਾ ਸੀ, ਬ੍ਰੇਕਾਂ ਦੇਖੋ ਜੀ ਕਿੱਥੇ ਲੱਗੀਆਂ। ਇਹ ਗੱਡੀ ਰੌਂਗ ਸਾਈਡ ਆ ਰਹੀ ਸੀ, ਆਹ ਦੇਖੋ ਇੱਥੇ। ਇਹ ਹਿਮਾਚਲ ਤੋਂ ਆਏ ਸੀ, ਇਹਨਾਂ ਨੂੰ ਨਹੀਂ ਪਤਾ ਲੱਗੇ ਪੁਲ ਦਾ ਕੰਮ ਹੋ ਰਿਹਾ। ਕੰਮ ਚੱਲ ਰਿਹਾ, ਇਹਨਾਂ ਨੂੰ ਪਤਾ ਨਹੀਂ ਲੱਗਿਆ ਜੀ। ਲਾਈਟ ਇੱਕ ਜਗਦੀ ਸੀ, ਇੱਕ ਚੱਲਦੀ ਸੀ ਲਾਈਟ। ਇਹ ਕਈ ਕਾਰਨ ਆ ਸਾਡੇ ਜਿਹੜੇ ਐਕਸੀਡੈਂਟ ਦੇ, ਵੀ ਲਾਈਟਾਂ ਖਰਾਬ ਹੋਣ ਜਾਂ ਡਿੱਪਰ ਵਗੈਰਾ ਨਹੀਂ ਚੱਲਣ ਕਾਰਨ ਵੀ ਇਹ ਜਿਹੜੇ ਐਕਸੀਡੈਂਟ ਜ਼ਿਆਦਾ ਹੋ ਰਹੇ ਹਾਂ। ਹਾਂਜੀ ਹਾਂਜੀ, ਆਹ ਦੇਖੋ ਜੀ ਗੱਡੀ ਦੀਆਂ ਬ੍ਰੇਕਾਂ ਕਿੱਥੇ ਲੱਗੀਆਂ ਜੀ, ਕਿੱਧਰਲੀ ਸਾਈਡ ਆ ਕੇ ਲੱਗੀ ਹੈ ਜੀ ਗੱਡੀ। ਟਰੱਕ ਤੇ ਕਾਰ ਦੀ ਜ਼ਬਰਦਸਤ ਟੱਕਰ ਹੋਈ ਹੈ, ਜਿਸ ਦੇ ਕਾਰਨ ਕਿਹਾ ਜਾ ਰਿਹਾ ਹੈ ਕਿ 2 ਬੱਚਿਆਂ ਸਮੇਤ 5 ਦੇ ਕਰੀਬ ਲੋਕ ਇਸ ਹਾਦਸੇ 'ਚ ਜ਼ਖਮੀ ਹੋਏ ਦੱਸੇ ਜਾ ਰਹੇ ਨੇ। ਹਾਲਾਂਕਿ ਹਾਦਸੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ, ਜਿਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਾਰ ਦਾ ਅਗਲਾ ਹਿੱਸਾ ਬੁਰੇ ਤਰੀਕੇ ਨਾਲ ਨੁਕਸਾਨਿਆ ਗਿਆ। ਸੰਘਣੀ ਧੁੰਦ ਦੇ ਕਾਰਨ ਇਹ ਹਾਦਸਾ ਵਾਪਰਿਆ ਦੱਸਿਆ ਜਾ ਰਿਹਾ। ਤਾਂ ਦੱਸ ਦਈਏ ਕਿ ਮੋਰਿੰਡਾ ਦੇ ਵਿੱਚ ਇੱਕ ਨਿਰਮਾਣ ਅਧੀਨ ਪੁਲ ਦੇ ਉੱਪਰ ਕਾਰ ਅਤੇ ਟਰੱਕ ਦੇ ਦਰਮਿਆਨ ਇਹ ਹਾਦਸਾ ਹੋਇਆ, ਜਿਸ ਦੇ ਵਿੱਚ ਹਿਮਾਚਲ ਦੇ ਰਹਿਣ ਵਾਲੇ 2 ਬੱਚਿਆਂ ਸਮੇਤ 5 ਵਿਅਕਤੀ ਜ਼ਖਮੀ ਹੋਏ ਨੇ। ਧੁੰਦ ਦੇ ਕਾਰਨ ਇਹ ਹਾਦਸਾ ਵਾਪਰਿਆ ਦੱਸਿਆ ਜਾ ਰਿਹਾ। ਤਾਂ ਦੱਸ ਦਈਏ ਕਿ ਅੱਜ ਸਵੇਰੇ ਮੋਰਿੰਡਾ ਵਿਖੇ ਟੰਗਰਾਲੀ ਦੇ ਵਿਚਕਾਰ ਬਣ ਰਹੇ ਪੁਲ ਦੇ ਉੱਪਰ ਧੁੰਦ ਦੇ ਕਾਰਨ ਇੱਕ ਕਾਰ ਅਤੇ ਟਰੱਕ ਦੇ ਦਰਮਿਆਨ ਹਾਦਸਾ ਹੋਇਆ। ਇਸ ਹਾਦਸੇ ਦੇ ਵਿੱਚ ਕਾਰ ਸਵਾਰ ਹਿਮਾਚਲ ਪ੍ਰਦੇਸ਼ ਦੇ ਨਿਵਾਸੀ 2 ਬੱਚਿਆਂ ਸਮੇਤ 5 ਵਿਅਕਤੀ ਜ਼ਖਮੀ ਹੋਏ ਨੇ। ਜ਼ਖਮੀਆਂ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਜਾਣਕਾਰੀ ਮੁਤਾਬਿਕ ਮੋਰਿੰਡਾ ਤੇ ਟੰਗਰਾਲੀ ਦੇ ਵਿਚਕਾਰ ਇੱਕ ਨਿਰਮਾਣ ਅਧੀਨ ਪੁਲ ਹੈ ਅਤੇ ਧੁੰਦ ਦੇ ਕਾਰਨ ਹਿਮਾਚਲ ਪ੍ਰਦੇਸ਼ ਦੇ ਇਹ ਕਾਰ ਚਾਲਕ ਆਪਣੀ ਕਾਰ ਨੂੰ
ਰੋਂਗ ਸਾਈਡ ਲੈ ਗਿਆ ਅਤੇ ਮੰਡੀ ਗੋਬਿੰਦਗੜ੍ਹ ਵੱਲੋਂ ਆਉਂਦੇ ਹੋਏ ਟਰੱਕ ਦੇ ਵਿਚਕਾਰ ਜਾ ਕੇ ਇਹ ਕਾਰ ਵੱਜੀ। ਇਸ ਹਾਦਸੇ ਦੇ ਵਿੱਚ ਕਾਰ ਸਵਾਰ ਕਰੀਬ 5 ਲੋਕ ਜ਼ਖਮੀ ਹੋਏ ਨੇ। ਤਾਂ ਦੱਸ ਦਈਏ ਕਿ ਫਿਲਹਾਲ ਮੌਕੇ ਦੇ ਉੱਤੇ ਪੁਲਿਸ ਪ੍ਰਸ਼ਾਸਨ ਵੀ ਪਹੁੰਚਿਆ ਤੇ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ। ਗੱਡੀ ਡਰਾਈਵਰ ਸਾਈਡ ਆ ਰਹੀ ਸੀ ਅਤੇ ਉੱਧਰ ਜਿਹੜਾ ਪੁਲ ਆਪਣਾ ਬਣ ਰਿਹਾ ਕਾਲੀ ਰੋਡ 'ਤੇ, ਉੱਧਰੋਂ ਟਰੱਕ ਆ ਰਿਹਾ ਸੀ ਅਤੇ ਧੁੰਦ ਦੇ ਕਾਰਨ ਜਿਹੜਾ ਡਰਾਈਵਰ ਉਹਨੂੰ ਪਤਾ ਨਹੀਂ ਚੱਲਿਆ ਵੀ ਰਸਤਾ ਕਿ ਕਲੀਅਰ ਆ। ਉਹ ਰਸਤਾ ਕਲੀਅਰ ਹੋਣ ਦੇ ਨਾ ਬਾਵਜੂਦ ਅਤੇ ਟਰੱਕ ਉੱਪਰ ਹੀ ਆ ਗਿਆ, ਜਿਹਦੇ ਕਰਕੇ ਮੇਜਰ ਐਕਸੀਡੈਂਟ ਹੋਇਆ। ਇਹ ਮੋੜ 'ਤੇ ਸੀ ਟਰੱਕ ਦਾ ਮੋੜ 'ਤੇ ਆਪਣੀ ਟਰੱਕ ਤਾਂ ਰਾਈਟ ਸਾਈਡ ਸੀ। ਹਾਂ, ਟਰੱਕ ਰਾਈਟ ਸਾਈਡ ਸੀ ਅਤੇ ਡਰਾਈਵਰ ਲੈਫਟ ਸਾਈਡ ਸੀ। ਕੱਲ੍ਹ ਮੇਜਰ ਐਕਸੀਡੈਂਟ ਹੋਇਆ ਜਿਹਦੇ ਵਿੱਚ ਇੱਕ ਬੱਚਾ ਸੀ 5 ਸਾਲ ਦਾ ਅਤੇ ਇੱਕ ਲੜਕੀ ਸੀ 6 ਸਾਲ ਦੀ ਔਰ 2 ਲੇਡੀਜ਼ ਦੀ ਔਰ ਇੱਕ ਉਹਨਾਂ ਦਾ ਲੜਕਾ ਸੀ। ਅਤੇ ਹੁਣ ਕਿੱਥੇ ਇਸ ਟਾਈਮ ਜਿਹੜੇ? ਇਸ ਟਾਈਮ ਉਹ ਕਰਾੜੀ ਹੋਸਪਿਟਲ ਸਰਕਾਰੀ ਚਲੇ ਗਏ ਆ। ਕੌਣ ਲੈ ਕੇ ਗਿਆ ਉਹਨਾਂ ਨੂੰ? ਉਹਨਾਂ ਨੂੰ ਰਾਹਗੀਰ ਲੈ ਕੇ ਗਿਆ। ਰਾਹਗੀਰ ਲੈ ਕੇ ਗਿਆ ਮਤਲਬ ਕੋਈ ਐਂਬੂਲੈਂਸ ਵਗੈਰਾ ਕੋਈ ਨਹੀਂ? ਐਂਬੂਲੈਂਸ ਕੋਈ ਨਹੀਂ ਆਈ, ਐਂਬੂਲੈਂਸ ਨੂੰ ਕਾਲ ਕੀਤੀ ਸੀ ਅਤੇ ਐਂਬੂਲੈਂਸ ਕੋਈ ਨਹੀਂ ਇੱਥੇ ਆਈ ਹੈਗੀ। ਕਿੱਥੋਂ ਆਏ ਤੁਸੀਂ? ਮੈਂ ਮੰਡੀ ਗੋਬਿੰਦਗੜ੍ਹ ਤੋਂ ਆਇਆ। ਅੱਛਾ ਜੀ। ਕਿੱਧਰੋਂ? ਮੈਂ ਮਰਿੰਡੇ ਵੱਲੋਂ ਆਏ ਸੀ। ਅੱਛਾ, ਮੈਂ ਆਪਣੀ ਸਾਈਡ ਆ ਰਿਹਾ ਸੀ, ਬ੍ਰੇਕਾਂ ਦੇਖੋ ਜੀ ਕਿੱਥੇ ਲੱਗੀਆਂ। ਇਹ ਗੱਡੀ ਰੌਂਗ ਸਾਈਡ ਆ ਰਹੀ ਸੀ, ਆਹ ਦੇਖੋ ਇੱਥੇ। ਇਹ ਹਿਮਾਚਲ ਤੋਂ ਆਏ ਸੀ, ਇਹਨਾਂ ਨੂੰ ਨਹੀਂ ਪਤਾ ਲੱਗੇ ਪੁਲ ਦਾ ਕੰਮ ਹੋ ਰਿਹਾ। ਕੰਮ ਚੱਲ ਰਿਹਾ, ਇਹਨਾਂ ਨੂੰ ਪਤਾ ਨਹੀਂ ਲੱਗਿਆ। ਇਹ ਲਾਈਟ ਇੱਕ ਜਗਦੀ ਸੀ ਉਹਦੀ, ਇੱਕ ਜਲਦੀ ਸੀ ਲਾਈਟ। ਇਹ ਕਈ ਕਾਰਨ ਆ ਸਾਡੇ ਜਿਹੜੇ ਐਕਸੀਡੈਂਟ ਦੇ, ਵੀ ਲਾਈਟਾਂ ਖਰਾਬ ਹੋਣ ਜਾਂ ਡਿੱਪਰ ਵਗੈਰਾ ਨਹੀਂ ਚੱਲਣ ਕਾਰਨ ਵੀ ਇਹ ਜਿਹੜੇ ਐਕਸੀਡੈਂਟ ਜ਼ਿਆਦਾ ਹੋ ਰਹੇ ਹਾਂ। ਹਾਂਜੀ ਹਾਂਜੀ ਹਾਂਜੀ, ਆਹ ਦੇਖੋ ਜੀ ਗੱਡੀ ਦੀਆਂ ਬ੍ਰੇਕਾਂ ਕਿੱਥੇ ਲੱਗੀਆਂ ਜੀ, ਕਿੱਧਰਲੀ ਸਾਈਡ ਆ ਕੇ ਲੱਗੀ ਹੈ ਜੀ।